ਓਏ ਉਹ ਪੇਕੇ ਜਾਣ ਵਾਲੀ ਓਏ ਉਹ ਕੀ ਗੱਲ ਉਹ ਖੋਜੀ ਸਿੰਘ ਜੀ ਹੁਣ ਹੈਲਮੇਟ ਵੀ ਬਣਾਉਣ ਲੱਗ ਪਏ ਨੇ ਓਏ ਜ਼ਰਾ ਪਾ ਕੇ ਤੇ ਵੇਖਾਂ ਓਏ ਵਾਹ ਓਏ ਉਹ ਇੱਕਦਮ ਵਧੀਆ ਫਿੱਟ ਹੈ ਯੇ ਯੈਸ ਯੇ ਡੂਡ ਡੂਡ ਓਏ ਨਿਕਲਦਾ ਕਿਉਂ ਨਹੀਂ ਪਿਆ ਓ ਖੋਜੀ ਸਿੰਘ ਜੀ ਖੋਜੀ ਸਿੰਘ ਜੀ ਚਾਚੇ ਇਸ ਹੈਲਮੇਟ ਦਾ ਕੰਮ ਹਲੇ ਪੂਰਾ ਨਹੀਂ ਹੋਇਆ ਇਹਨੂੰ ਕਿਉਂ ਪਾ ਲਿਆ ਓਏ ਨਹੀਂ ਓਏ ਪਾਚੋ ਬਚਾਓ ਅਜੋ ਬਚਾਓ ਅਜੋ ਰਸਤਾ ਛੱਡੋ ਇਹ ਖੋਜੀ ਅੰਕਲ ਤੇ ਚਾਚੂ ਛੂ ਛਪਾਈ ਕਿਉਂ ਖੇਡ ਰਹੇ ਨੇ ਓ ਇਹ ਚਾਚੂ ਦੇ ਸਿਰ ਤੇ ਕੀ ਹੈ ਲੱਗਦਾ ਹੈ ਖੋਜੀ ਅੰਕਲ ਦੀ ਨਵੀਂ ਖੋਜ ਫੇਲ ਹੋ ਗਈ ਹੈ ਚਾਚੂ ਦਾ ਸਿਰ ਰੈੱਡ ਕਲਰ ਤੇ ਹੀ ਅਟੈਕ ਕਰ ਰਹੇ ਨੇ ਹਾਂ ਓਹੋ ਚਾਚਾ ਜੀ ਕੀ ਕਰ ਰਹੇ ਹੋ ਬਚਾਓ ਓਏ ਭਤੀਜੇ ਕੋਈ ਚਟਪਟਾ ਜਿਹਾ ਆਈਡੀਆ ਕੱਢ ਓਏ ਪੈਸੇ ਤਾਂ ਦਿੰਦਾ ਜਾ ਸੌਰੀ ਅੰਕਲ ਥੋੜਾ ਕਾਲੀ ਜਾ ਓਏ ਭਤੀਜੇ ਭਤੀਜੇ ਰਸਤਿਓ ਹਟ ਜਾ ਨਹੀਂ ਤੇ ਚਾਚਾ ਤੈਨੂੰ ਮਿਧੂਗਾ ਭਤੀਜੇ ਓਏ ਭਤੀਜੇ ਮੈਂ ਬੜਾ ਹੀ ਥੱਕ ਗਿਆ ਹਾਂ ਇਉਂ ਜੇ ਲੱਗਦਾ ਜਿਵੇਂ ਮੈਂ ਬੜਾ ਦੌੜ ਕੇ ਆਇਆ ਹਾਂ ਚਾਚੂ ਕੁਝ ਵੀ ਕਰੋ ਪਰ ਇਹ ਸਨਗਲਾਸਿਸ ਕਦੇ ਨਾ ਲਾਇਓ ਵਾਹ ਭਤੀਜੇ ਦੀ ਸੋਚ ਦਾ ਜਵਾਬ ਨਹੀਂ ਹੈਲੋ ਹੈਲੋ ਭਤੀਜੇ ਤੇਰੇ ਚਟਪਟੇ ਆਈਡੀਏ ਦੀ ਲੋੜ ਹੈ ਉਹ ਛੇਤੀ ਆ ਜਾ ਹਾਂ ਬੰਦੂਕਣੀ ਜੀ ਅਸੀਂ ਹੁਣੇ ਉੱਥੇ ਪਹੁੰਚਦੇ ਹਾਂ ਓ ਮੈਨੂੰ ਇਸ ਗੈਰ ਕਾਨੂੰਨੀ ਫੈਕਟਰੀ ਨੂੰ ਤੋੜਨ ਦਾ ਆਰਡਰ ਮਿਲਿਆ ਪਰ ਇਹ ਬੁਲਡੋਜ਼ਰ ਹੁਣੇ ਹੀ ਖਰਾਬ ਹੋਣਾ ਸੀ ਹੁਣ ਕੀ ਕਰੀਏ ਹਾਂ ਆਈਡੀਆ ਨੋ ਪ੍ਰੋਬਲਮ ਬੰਦੂਕਣੀ ਜੀ ਮੇਰੇ ਕੋਲ ਇੱਕ ਤਰਕੀਬ ਹੈ ਓਕੇ ਓ ਭਤੀਜੇ ਮੈਂ ਇਸ ਫੈਕਟਰੀ ਨੂੰ ਤੋੜਨਾ ਹੈ ਤੇ ਤੂੰ ਇੱਥੇ ਹੋਲੀ ਖੇਡਦਾ ਪਿਆ ਹੈ ਓਏ ਕੀ ਓ ਚਾਚੇ ਤੂੰ ਆਪ ਹੀ ਇੱਕ ਬੁਲਡੋਜ਼ਰ ਬਣ ਗਿਆ ਓ ਚੀਜੇ ਇਹ ਤਾਂ ਕੋਈ ਵੀ ਕੰਧ ਤੋੜ ਸਕਦਾ ਓ ਐਨੀ ਧੂਲ ਓ ਸਾਰਾ ਮੇਕਅਪ ਖਰਾਬ ਹੋ ਗਿਆ
ਓ ਬੰਦੂਕਨੀ ਜੀ ਭੱਜੋ। ਓ ਭਤੀਜੇ, ਓ ਭਤੀਜੇ ਬਚਾ, ਇਹ ਸਿੰਘ ਵਾਲੇ ਚਾਚੇ ਨੂੰ ਮੇਰੇ ਕੋਲੋਂ ਦੂਰ ਕਰ। ਇਹ ਤਾਂ ਮੈਡਮ ਜੀ ਦਾ ਸਟਾਈਲ। ਓ ਭਤੀਜੇ, ਇਹ ਕੀ ਕਰ ਦਿੱਤਾ, ਮੇਰਾ ਸਾਰਾ ਮੇਕਅਪ ਖਰਾਬ ਕਰ ਦਿੱਤਾ। ਸ਼ੁਕਰ ਕਰੋ ਬੰਦੂਕਨੀ ਜੀ, ਸਿਰਫ ਚਿਹਰਾ ਹੀ ਖਰਾਬ ਹੋਇਆ, ਜੇ ਚਾਚੂ ਦੇ ਸਿੰਘ ਲੱਗ ਜਾਂਦੇ ਨਾ ਤਾਂ ਤੁਹਾਡਾ ਹੁਲੀਆ ਹੀ ਵਿਗੜ ਜਾਂਦਾ। ਹੁਣ ਇਹ ਚਾਚੇ ਦੇ ਸਿੰਘ ਸਾਨੂੰ ਅਮੀਰ ਬਣਾਉਣਗੇ ਜੀਜੇ। ਦੇ ਦੇ ਉੱਪਰ ਵਾਲੇ ਦੇ ਨਾਂ ਤੇ ਕੁਛ ਦੇ ਦੇ, ਤੁਸੀਂ 1 ਰੁਪਿਆ ਦੋਗੇ ਔਰ 10 ਲੱਖ ਦੇਵੇਗਾ। ਦੇ ਦੇ ਜੀਜੇ, ਭੀਖ ਮੰਗਣ ਦੀ ਲੋੜ ਨਹੀਂ, ਅਸੀਂ ਅਮੀਰ ਬਣਨ ਵਾਲੇ ਆ। ਮੇਰੀ ਗੱਲ ਸੁਣ, ਤੈਨੂੰ ਸਭ ਸਮਝ ਆ ਜਾਏਗਾ। ਚਾਚੂ, ਕਿੱਥੇ ਜਾ ਰਹੇ ਹੋ ਤੁਸੀਂ? ਓ ਚਾਚੇ, ਓ ਛੇਤੀ ਨਾਲ ਆਪਣੇ ਸਿੰਘਾਂ ਨਾਲ ਡੰਕਾ ਢੋਲਕੀ ਤੇ ਹਮਲਾ ਕਰ। ਹਾਂ, ਇਹ ਕੀ ਹੋਇਆ, ਚਾਚੂ ਦੇ ਸਿੰਘ ਤਾਂ ਅੰਦਰ ਚਲੇ ਗਏ। ਲੱਗਦਾ ਹੈ ਮੇਰਾ ਹੌਰਨ ਹੈਲਮੇਟ ਹੁਣ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਹੌਰਨ ਹੈਲਮੇਟ? ਇਹ ਹੌਰਨ ਹੈਲਮੇਟ ਕੀ ਕਰਦਾ ਹੈ ਖੋਜੀ ਅੰਕਲ? ਇਸ ਹੈਲਮੇਟ ਵਿੱਚੋਂ ਕਿਸੇ ਵੀ ਜਾਨਵਰ ਦੇ ਸਿੰਘ ਨਿਕਲ ਸਕਦੇ ਹਨ। ਇਹ ਰਿਹਾ ਇਹਦਾ ਰਿਮੋਟ। ਵੇਖਦੇ ਹਾਂ ਗੈਂਡੇ ਦੇ ਸਿੰਘ ਕੀ ਕਮਾਲ ਕਰਦੇ ਨੇ। ਜੀਜੇ, ਸਾਰਾ ਜਮਾਉਣਾ ਇੱਧਰ ਹੀ ਆ ਰਿਹਾ ਏ। ਹੁਣ ਜ਼ਰਾ 12 ਸਿੰਘਾਂ ਦੇ 12 ਸਿੰਘਾਂ ਦਾ ਮਜ਼ਾ ਲੈਨੇ ਆ। ਹੁਣ ਇਹਨੂੰ ਫਸਾਨਾ। ਆਪਣੇ ਹੀ ਜਾਲ ਵਿੱਚ ਫਸ ਗਏ ਨਾ 12 ਸਿੰਘਾ ਜੀ। ਚਾਚੂ ਨੂੰ ਛੁਡਾਉਣਾ ਪਵੇਗਾ ਡੰਕਾ ਟੋਲ ਕੇ। ਹੁਣ ਬਚੋ ਇਸ ਮੱਝ ਦੇ ਸਿੰਘਾਂ ਤੋਂ। ਬਸ ਬੜਾ ਹੋ ਗਿਆ, ਹੁਣ ਇਸ ਹੈਲਮੇਟ ਦੇ ਸਿੰਘ ਨੂੰ ਤੋੜਦਾ। ਜੀਜੇ, ਇੱਥੇ ਤੇ ਲੈਣ ਦੇ ਦੇਣੇ ਪੈ ਗਏ। ਬੈਂਕ ਦਾ ਸਾਰਾ ਮਾਲ ਇੱਥੇ ਹੈ। ਜੀਜੇ, ਜੀਜੇ, ਮੈਂ ਇਹਨਾਂ ਸਿੰਘਾਂ ਨੂੰ ਜੜ ਤੋਂ ਪੁੱਟ ਦਵਾਂਗਾ। ਬੰਦੂਕਨੀ ਜੀ, ਪੂਰਾ ਜ਼ੋਰ ਲਾ ਕੇ ਚਾਚੂ ਨੂੰ ਖਿੱਚੋ। ਇੰਝ ਲੱਗ ਰਿਹਾ ਹੈ ਜਿਵੇਂ ਮੇਰੇ ਸਿਰ ਤੋਂ ਕੋਈ ਭਾਰੀ ਬੋਝ ਉੱਤਰ ਗਿਆ ਹੋਵੇ। ਤੇ ਤੁਹਾਡਾ ਭਾਰ ਕਿਸੇ ਹੋਰ ਦੇ ਸਿਰ ਤੇ ਸਵਾਰ ਹੋ ਗਿਆ ਹੈ। ਹੁਣ ਟੋਲਕੀ ਦੇ ਸਿਰ ਤੇ ਸ਼ੈਤਾਨ ਦੇ ਸਿੰਘ ਕੱਢਦਾ, ਇਹ ਵੇਖੋ। ਟੋਲਕੀ, ਰੁਕ ਜਾ, ਮੈਂ ਹਾਂ ਤੇਰਾ ਜੀਜਾ। ਜਾਓ, ਪੂਰੇ ਕੰਮ ਦਾ ਪੂਰਾ ਨਤੀਜਾ। ਕਿਉਂ ਬਈ ਚਾਚਾ? ਹਾਂ ਭਤੀਜਾ।